ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮੱਖਣ ਬਣਾਉਣ ਲੱਗੇ ਆਂ ਜੀ ਬਿਨਾ ਮਧਾਣੀ ਤੋਂ ਬਿਨਾ ਮਿਕਸੀ ਤੋਂ ਬਲਕਿ ਜੇ ਆਪਣੇ ਘਰ ਦੇ ਵਿੱਚ ਲਾਈਟ ਨਹੀਂ ਹੈਗੀ ਆਪਾਂ ਫਿਰ ਵੀ ਮੱਖਣ ਬਣਾ ਕੇ ਤਿਆਰ ਕਰ ਸਕਦੇ ਆਂ ਦੇਖੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਜੀ ਬਹੁਤ ਈਜ਼ੀ ਤਰੀਕਾ ਹੈ ਜੀ ਸਿਰਫ 3-4 ਮਿੰਟ ਦੇ ਵਿੱਚ ਇੰਨਾ ਮੱਖਣ ਬਣ ਕੇ ਤਿਆਰ ਹੋ ਜਾਂਦਾ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਕਿਸ ਤਰ੍ਹਾਂ ਬਣਿਆ ਮੱਖਣ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੂੰ ਮਲਾਈ ਚਾਹੀਦੀ ਹੈ ਜਿਹੜੀ ਤੁਸੀਂ ਘਰ ਦੇ ਵਿੱਚ ਸਟੋਰ ਕਰਕੇ ਰੱਖਦੇ ਹੋ ਹੁੰਨੇ ਆਂ ਮੈਂ ਆਈਸਕ੍ਰੀਮ ਵਾਲੇ ਡੱਬੇ ਚ ਸਟੋਰ ਕਰਕੇ ਰੱਖਦੀ ਹੁੰਨੀ ਆ ਜੀ ਤੇ ਲੋ ਜੀ ਆਪਾਂ ਨੇ ਮਲਾਈ ਲਈ ਆ ਤੇ ਕੁਸ਼ਕ ਮੇਰੀ ਇਹਦੇ ਵਿੱਚ ਹੁੰਦੀ ਆ ਜੀ ਤੇ ਕਾਫੀ ਸਾਰੀ ਮਲਾਈ ਆ ਜੀ ਇਹ ਵੀਡੀਓ ਚ ਥੋੜੀ ਘੱਟ ਲੱਗਦੀ ਆ ਪਰ ਹੈਗੀ ਕਾਫੀ ਸਾਰੀ ਇਹ ਆ ਦੇਖੋ ਤੁਸੀਂ ਕਿੰਨੀ ਮੋਟੀ ਮਲਾਈ ਆ ਮੈਂ ਵੀ ਵੀਡੀਓ ਬਣਾਉਂਗੀ ਜੀ ਵੀ ਜੇ ਤੁਸੀਂ ਗਾਂ ਦੇ ਦੁੱਧ ਤੋਂ ਵੀ ਮੋਟੀ ਮਲਾਈ ਲੈਣਾ ਚਾਹੁੰਦੇ ਹੋ ਕਿਸ ਤਰ੍ਹਾਂ ਵੀ ਲੈ ਸਕਦੇ ਹੋ ਮੈਂ ਕਿਸੇ ਦਿਨ ਵੀਡੀਓ ਬਣਾ ਕੇ ਦਿਖਾਵਾਂਗੀ ਤੁਹਾਨੂੰ ਆ ਦੇਖੋ ਜੀ ਸਾਰੀ ਇਹ ਗਾਂ ਦੇ ਦੁੱਧ ਦੀ ਮਲਾਈ ਆ ਜੀ ਤੇ ਹੁਣ ਤੁਸੀਂ ਕੀ ਕਰਨਾ ਹੈ ਜੀ ਜੇ ਤਾਂ ਹੈਗਾ ਇਹ ਗਰਮੀ ਦਾ ਮੌਸਮ ਫਿਰ ਤਾਂ ਤੁਸੀਂ ਇਹਨੂੰ ਫ੍ਰਿਜ ਦੇ ਵਿੱਚੋਂ ਕੱਢ ਕੇ ਇੱਕ ਰਾਤ ਵਾਸਤੇ ਬਾਹਰ ਰੱਖਣੀ ਹੈ ਜੀ ਤੇ ਜੇ ਹੈਗਾ ਸਰਦੀਆਂ ਦਾ ਮੌਸਮ ਫਿਰ ਤੁਸੀਂ ਇੱਕ ਦਿਨ ਤੇ ਇੱਕ ਰਾਤ ਮਤਲਬ ਇਹਨੂੰ ਬਾਹਰ ਰੱਖਣਾ ਹੈ ਫਿਰ ਤੁਸੀਂ ਮੱਖਣ ਬਣਾਉਣਾ ਹੈ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂਗੀ ਲਓ ਜੀ ਆਪਾਂ ਨੇ ਇੱਕ ਖੁੱਲਾ ਜਿਹਾ ਭਾਂਡਾ ਲੈ ਲਿਆ ਜੇ ਤਾਂ ਤੁਹਾਡੀ ਮਲਾਈ ਜ਼ਿਆਦਾ ਹੈ ਫਿਰ ਤਾਂ ਤੁਸੀਂ ਖੁੱਲਾ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਵੱਡਾ ਬੱਡੇ ਸਾਈਜ਼ ਦਾ ਭੰਡਾਏ ਤੁਸੀਂ ਉਹ ਲੈਣਾ ਹੈ ਜੀ ਜੇ ਮਲਾਈ ਘੱਟ ਆ ਫਿਰ ਤੁਸੀਂ ਵੀ ਛੋਟਾ ਵੀ ਲੈ ਸਕਦੇ ਹੋ ਇਹ ਤੁਸੀਂ ਆਪਣੇ ਮਲਾਈ ਦੇ ਮੁਤਾਬਕ ਲੈਣਾ ਜੀ ਭੰਡਾ ਤੇ ਲਓ ਜੀ ਮੈਂ ਸਾਰੇ ਨਾਲੋਂ ਵੱਡਾ ਲਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਆਪਾਂ ਨੇ ਜਿਹੜੀ ਕੋਲੇ ਵਾਲੀ ਹੈ ਮਲਾਈ ਪਾ ਲੈਣੀ ਹੈ ਜੀ ਤੇ ਹੁਣ ਆਪਾਂ ਦੂਜੇ ਡੱਬੇ ਵਾਲੀ ਵੀ ਪਾ ਲਾਂਗੇ ਜੀ ਸਾਰੀ ਤੇ ਲਓ ਜੀ ਹੁਣ ਨਾ ਆਪਣਾ ਹੱਥ ਚਾਹੀਦਾ ਜੀ ਸਾਫ਼ ਕੋਈ ਇਹਦੇ ਵਿੱਚ ਰਿੰਗ ਵਗੈਰਾ ਨਹੀਂ ਚਾਹੀਦੀ ਹੈਗੀ ਤੇ ਪਸਪਤੇ ਪਹਿਲਾਂ ਆਪਾਂ ਇਹਨੂੰ ਚਮਚ ਨੂੰ ਕੱਢ ਦਿੰਨੇ ਆ ਜੇ ਤੇ ਤੁਹਾਡੀ ਮਲਾਈ ਘੱਟ ਆ ਫਿਰ ਤਾਂ ਤੁਸੀਂ ਚਮਚ ਨਾਲ ਕਰ ਸਕਦੇ ਆ ਜੇ ਮੱਖਣ ਬਣਾ ਸਕਦੇ ਆ ਪਰ ਮੇਰੀ ਮਲਾਈ ਜ਼ਿਆਦਾ ਹੈ ਜੀ ਮੈਂ ਹੱਥ ਨਾਲ ਬਣਾ ਕੇ ਤੁਹਾਨੂੰ ਦਿਖਾਵਾਂਗੀ ਤੇ ਚੰਗੇ ਤਰੀਕੇ ਦੇ ਨਾਲ ਆਪਾਂ ਨੇ ਨਾ ਹੱਥ ਨੂੰ ਇਸ ਤਰ੍ਹਾਂ ਕਰਨਾ ਹੈ ਜੀ ਮੱਖਣ ਨੂੰ ਇਸ ਤਰ੍ਹਾਂ ਕਰਨਾ ਹੈ ਇਹਨੂੰ ਵਿੱਚ ਨੂੰ ਕਰ ਕਰ ਇਹ ਚੰਗੀ ਤਰ੍ਹਾਂ ਜਿਸ ਤਰ੍ਹਾਂ ਆਪਾਂ ਆਟਾ ਗੁੰਨਦੇ ਹੁੰਨੇ ਆ ਉਸ ਤਰੀਕੇ ਦੇ ਨਾਲ ਨਾ ਪਹਿਲਾਂ ਆਪਾਂ ਨੇ ਚੰਗੀ ਤਰ੍ਹਾਂ ਮਲਾਈ ਨੂੰ ਗੁੰਨ ਲਾਣਾ ਜੀ ਇਸ ਟਾਈਮ ਤੇ ਤੁਸੀਂ ਜਿਹਦੇ ਪਰ ਤੁਹਾਨੂੰ ਗੁੱਸਾ ਆਇਆ ਹੋਇਆ ਨਾ ਉਹਨੂੰ ਚੇਤੇ ਕਰਨਾ ਜੀ ਤੁਸੀਂ ਉਹਨੂੰ ਚੇਤੇ ਕਰਕੇ ਤੇ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਮਸਲਣਾ ਹੈ ਤੇ ਨਾਲ ਤੁਹਾਡਾ ਗੁੱਸਾ ਉਤਰ ਜਾਊਗਾ ਤੇ ਨਾਲੇ ਆਪਣਾ ਘਿਓ ਬਣ ਕੇ ਤਿਆਰ ਹੋ ਜਾਊਗਾ ਜੀ ਆਪਣੇ ਦੋਏ ਕੰਮ ਹੋ ਜਾਣਗੇ ਤੇ ਦੋ ਚਾਰ ਮਿੰਟੇ ਕਰਨਾ ਜੀ ਇਸ ਤਰੀਕੇ ਦੇ ਨਾਲ ਤੇ ਆਪਣਾ ਮੱਖਣ ਬਣ ਕੇ ਤਿਆਰ ਹੋ ਜਾਣਾ ਇੱਕ ਗੱਲ ਤਾਂ ਧਿਆਨ ਰੱਖਣਾ ਜੀ ਵੀ ਇਹਦੇ ਵਿੱਚ ਕੋਈ ਪਾਣੀ ਨਹੀਂ ਪਾਉਣਾ ਹੈਗਾ ਕੋਈ ਕੁਝ ਨਹੀਂ ਪਾਉਣਾ ਹੈਗਾ ਜੀ ਤੇ ਕੱਲੀ ਸਿਰਫ ਮਲਾਈ ਹੋਏ ਇਹ ਮਲਾਈ ਨੂੰ ਇਸ ਤਰੀਕੇ ਦੇ ਨਾਲ ਕਰਨਾ ਹੈ ਤੁਸੀਂ ਆਹ ਦੇਖੋ ਜੀ ਹਜੇ ਮੈਨੂੰ 1 ਮਿੰਟ ਵੀ ਨਹੀਂ ਹੋਇਆ ਹੈਗਾ ਇਸ ਤਰੀਕੇ ਨਾਲ ਕਰਦੀ ਨੂੰ ਇਹ ਨਾ ਮਲਾਈ ਨਹੀਂ ਰਹੀ ਹੈਗੀ ਜੀ ਹੁਣ ਇਹ ਮੱਖਣ ਬਣ ਚੁੱਕਿਆ ਹੈ ਜੀ ਪਰ ਫਿਰ ਵੀ ਆਪਾਂ ਨੇ ਹਜੇ ਹਟਣਾ ਨਹੀਂ ਹੈਗਾ ਇਸ ਤਰੀਕੇ ਦੇ ਨਾਲ ਕਰੀ ਕਰੀ ਜਾਣਾ ਹੈ ਜੇ ਤਾਂ ਮਤਲਬ ਵੀ ਘੱਟ ਮਲਾਈ ਫਿਰ ਤਾਂ ਤੁਸੀਂ ਵੀ ਚਮਚ ਨਾਲ ਵੀ ਇਸ ਤਰ੍ਹਾਂ ਕਰ ਸਕਦੇ ਹੋ ਗੋਲ ਗੋਲ ਘੁਮਾ ਸਕਦੇ ਹੋ ਪਰ ਇਹ ਮਲਾਈ ਜ਼ਿਆਦਾ ਹੈ ਆ ਲਓ ਜੀ ਦੇਖੋ ਤੁਸੀਂ ਮੱਖਣ ਬਣ ਕੇ ਤਿਆਰ ਆ ਪਰ ਹਜੇ ਵੀ ਆਪਾਂ ਨੇ ਫਿਲਹਾਲ ਹਟਣਾ ਨਹੀਂ ਹੈਗਾ ਥੋੜੀ ਜਿਹੀ ਦਰ ਹੋਰ ਕਰਦੇ ਆ ਸਿਰਫ ਹਜੇ 1 ਮਿੰਟ ਹੋਇਆ ਜੀ ਮੈਨੂੰ ਇਸ ਤਰੀਕੇ ਨਾਲ ਕਰਦੀ ਇਹਨੂੰ ਆ ਲਓ ਜੀ ਮੈਂ ਨਾ ਤੁਹਾਨੂੰ ਸਾਈਡ ਪਰ ਨੂੰ ਕਰਕੇ ਇਹਨੂੰ ਘੁੱਟ ਕੇ ਦਿਖਾਉਣੀ ਆ ਇਹਦੇ ਨਾਲ ਦੁੱਧ ਅਲੱਗ ਹੋ ਗਿਆ ਜਿੰਨਾ ਕ ਵੀ ਮਲਾਈ ਦੇ ਵਿੱਚ ਹੈਗਾ ਤਾਂ ਤੇ ਆ ਸਾਰਾ ਜਿਹੜਾ ਇਹ ਮੱਖਣ ਬਣ ਕੇ ਤਿਆਰ ਆ ਜੀ ਆ ਤੁਸੀਂ ਦੇਖ ਸਕਦੇ ਹੋ ਸਾਈਡ ਪਰ ਨੂੰ ਦੁੱਧ ਨਿਕਲਿਆ ਹੈ ਤੁਸੀਂ ਨਾ ਇਸ ਤਰ੍ਹਾਂ ਲਾਗ ਨੂੰ ਇਹਨੂੰ ਘੁੱਟ-ਘੁੱਟ ਕੇ ਦਾ ਸਾਰਾ ਦੁੱਧ ਕੱਢ ਸਕਦੇ ਹਾਂ ਜੀ ਮੈਂ ਤੁਹਾਨੂੰ ਦੂਜੇ ਲੋਟ ਵੀ ਘੁੱਟ ਕੇ ਦਿਖਾਵਾਂਗੀ ਤੇ ਇੱਕ ਵਾਰ ਆਪਾਂ ਹੁਣ ਇਹਨੂੰ ਫੇਰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਜੀ ਇਹ ਸਾਰਿਆਂ ਨਾਲੋਂ ਸੌਖਾ ਤਰੀਕਾ ਹੈ ਜੀ ਤੇ ਸਾਰ ਬਹੁਤ ਛੇਤੀ ਐਨੇ ਛੇਤੀ ਮਧਾਣੀ ਮੱਖਣ ਨਹੀਂ ਜੀ ਤਿਆਰ ਕਰਦੀ ਜਿੰਨੀ ਛੇਤੀ ਆਪਾਂ ਇਸ ਤਰੀਕੇ ਦੇ ਨਾਲ ਮੱਖਣ ਬਣਾਉਨੇ ਆ ਤੇ ਲਓ ਜੀ ਆ ਦੇਖੋ ਆਪਣਾ ਦੁੱਧ ਅਲੱਗ ਹੋ ਗਿਆ ਜੀ ਬਿਲਕੁਲ ਜਿੰਨਾ ਵੀ ਮਲਾਈ ਦੇ ਵਿੱਚ ਦੁੱਧ ਤਾਂ ਉਹ ਅਲੱਗ ਹੋਣ ਲੱਗ ਗਿਆ ਆਪਣੀ ਮਲਾਈ ਬਣ ਚੁੱਕੀ ਹੈ ਜੀ 2 ਮਿੰਟ ਹੋਏ ਆ ਹਜੇ ਮੈਨੂੰ ਇਸ ਤਰੀਕੇ ਦੇ ਨਾਲ ਲਗਾਤਾਰ ਕਰਦੀ ਨੂੰ ਲਓ ਜੀ ਆਪਣਾ ਮੱਖਣ ਬਣ ਕੇ ਤਿਆਰ ਆ ਜੀ ਪਰ ਜੇ ਤੁਸੀਂ ਇਹਨੂੰ ਸਟੋਰ ਕਰਕੇ ਰੱਖਣਾ ਹੈ ਮੱਖਣ ਨੂੰ ਫਿਰ ਨਾ ਅਪ ਇਹਦੇ ਵਿੱਚ ਪਾਵਾਂਗੇ ਜੀ ਠੰਡਾ ਪਾਣੀ ਮੈਂ ਇਹ ਬਿਲਕੁਲ ਠੰਡਾ ਬਣੀ ਆ ਜੀ ਐਨਾ ਸੋਚੋ ਵੀ ਮੈਂ ਘਾਰਤੇ ਨਾਲ ਚੱਕ ਰਹੀ ਆ ਪਤਾ ਨਹੀਂ ਗਰਮ ਆ ਇਹ ਮੇਰੇ ਹੱਥਾਂ ਨੂੰ ਥੰਡੇ ਹੀ ਲੱਗੀ ਹੋਈ ਆ ਤਾਂ ਕਰਕੇ ਮੈਂ ਇਹਦੇ ਨਾਲ ਚੱਕਿਆ ਜੱਗ ਨੂੰ ਇਹਦੇ ਵਿੱਚ ਹੁਣ ਆਪਾਂ ਠੰਡੇ ਪਾਣੀ ਦਾ ਜੱਗ ਪਾ ਕੇ ਚੰਗੀ ਤਰ੍ਹਾਂ ਨਾ ਮੱਖਣ ਨੂੰ ਧੋ ਲੈਣਾ ਕਿਉਂਕਿ ਵੀ ਆਪਣੀ ਸਟੋਰ ਕੀਤੀ ਹੋਈ ਹੁੰਦੀ ਹੈ ਨਾ ਮਲਾਈ ਤਾਂ ਕਰਕੇ ਫਿਰ ਜੇ ਮੜਾ ਮੋਟਾ ਵੀ ਜਿਹੜੀ ਉਹ ਹੋਊਗੀ ਖਟਿਆਸ ਜੀ ਹੋਊਗੀ ਉਹ ਨਿਕਲ ਜੂਗੀ ਤੇ ਬਹੁਤ ਮਿੱਠਾ ਫਰੈਸ਼ ਆਪਣਾ ਮੱਖਣ ਬਣ ਕੇ ਤਿਆਰ ਹੋਊਗਾ ਜੀ ਇਹਨੂੰ ਤੁਸੀਂ ਜਿੰਨੇ ਦਿਨ ਮਰਜੀ ਸਟੋਰ ਕਰਕੇ ਰੱਖ ਲਿਓ ਜੇ ਤੁਸੀਂ ਜਦ ਮੱਖਣ ਕੱਢ ਕੇ ਦਾ ਘਿਓ ਬਣਾਉਣਾ ਹੈ ਜੀ ਫਿਰ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਵਿੱਚ ਪਾਣੀ ਪਾਉਣ ਦੀ ਜੇ ਤੁਸੀਂ ਸਟੋਰ ਕਰਨਾ ਫਿਰ ਤੁਸੀਂ ਇਸ ਤਰੀਕੇ ਨਾਲ ਪਾਣੀ ਪਾ ਕੇ ਚੰਗੀ ਤਰ੍ਹਾਂ ਧੋ ਕੇ ਇਹਨੂੰ ਕੱਢ ਲਿਓ ਜੀ ਹੁਣ ਆਪਾਂ ਤੇ ਲਓ ਜੀ ਹੁਣ ਆਪਾਂ ਚੰਗੀ ਤਰ੍ਹਾਂ ਮੱਖਣ ਨੂੰ ਨਚੋੜ ਨਚੋੜ ਕੇ ਕੱਢ ਲਾਂਗੇ ਜਿੰਨਾ ਤੁਸੀਂ ਇਹਨੂੰ ਘੁੱਟ ਕੇ ਨਚੋੜਾਂਗੇ ਤੇ ਉਹਨਾਂ ਨਾਲ ਫਿਰ ਆਪਣਾ ਜਦੋਂ ਆਪਾਂ ਦੇਸੀ ਘਿਓ ਬਣਾਉਨੇ ਆ ਨਾ ਫਿਰ ਮਤਲਬ ਛੇਤੀ ਬਣ ਕੇ ਤਿਆਰ ਹੋ ਜਾਂਦਾ ਜੀ ਕੋਸ਼ਿਸ਼ ਇਹੀ ਕਰਿਆ ਕਰੋ ਵੀ ਚੰਗੀ ਤਰ੍ਹਾਂ ਇਹਨੂੰ ਨਚੋੜ ਕੇ ਮੱਖਣ ਨੂੰ ਕੱਢਿਆ ਕਰੋ ਤੇ ਲੋ ਜੀ ਆਪਾਂ ਇਸ ਤਰੀਕੇ ਦੇ ਨਾਲ ਸਾਰਾ ਮੱਖਣ ਕੱਢ ਕੇ ਤਿਆਰ ਕਰ ਲਾਂਗੇ ਜੀ ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੇ ਤੁਹਾਨੂੰ ਪਸੰਦ ਨਹੀਂ ਆਉਂਦੀ ਵੀਡੀਓ ਤਾਂ ਤੁਸੀਂ ਡਿਸਲਾਈਕ ਕਰ ਦਿਆ ਕਰੋ ਜੀ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜੀ ਮੱਖਣ ਬਣਾਓ ਤੇ ਕਰੋ ਇੰਜੋਏ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much ਜੀ